ਹਾਂਜੀ ਦੋਸਤੋ ਲੋ ਵੀ ਆਪਾਂ ਫਾਰਮੂਲਾ ਲੱਭ ਲਿਆ ਜਿਹੜਾ ਤੁਸੀਂ ਇਹ ਤੇਲ ਮੈਂ ਤੁਹਾਨੂੰ ਦਿਖਾਉਣ ਲੱਗਿਆ ਨਾ ਇਹ ਤੁਸੀਂ ਵਾਲਾਂ ਦੇ ਉੱਤੇ ਲਾ ਲਓ ਤੇ ਇਹਨੂੰ ਲਾਉਣ ਤੋਂ ਬਾਅਦ ਸੁੰਦੇ ਵਾਲ ਆ ਨੇ ਜਿਹੜੇ ਸਾਰੀ ਉਮਰ ਆਸਤੇ ਕਾਲੇ ਰਹਿਣਗੇ ਝੜਨੋਂ ਵੀ ਹਟ ਜਾਣਗੇ ਤੇ ਪੱਕਾ ਪਰਮਾਨੈਂਟ ਹੱਲ ਐ ਇਹ ਸਮਾਨ ਘਰੇ ਬਣਾਉਣਾ ਐ ਕਿਵੇਂ ਬਣਾਉਣਾ ਤੁਹਾਨੂੰ ਦੱਸਾਂਗੇ ਅੱਜ ਤੇ ਵੀਡੀਓ ਨੂੰ ਕਰਿਓ ਸ਼ੇਅਰ ਤਾਂ ਕਿ ਸਾਰਾਂ ਦਾ ਫਾਇਦਾ ਤੇ ਤੁਹਾਡੇ ਸਾਰੀ ਉਮਰ ਆਸਤੇ ਵਾਲ ਆ ਜਿਹੜੇ ਉਹ ਕਾਲੇ ਰਹਿਣ ਇੱਕ ਵਾਰੀ ਜਦੋਂ ਤੁਸੀਂ ਇਹਨੂੰ ਲਾ ਲਓ ਇਹੋ ਜਿਹਾ ਮੈਂ ਤੁਹਾਨੂੰ ਕੁਝ ਨਹੀਂ ਦੱਸਣ ਲੱਗਿਆ ਕਿਉਂਕਿ ਇਹੋ ਜਿਹਾ ਕੋਈ ਤਰੀਕਾ ਨਹੀਂ ਜਿਹੜਾ ਬੰਦਾ ਕੋਈ ਕਹਿੰਦਾ ਨਾ ਵੀ ਆਹ ਚੀਜ਼ ਲਾ ਲਓ ਸਿਰ ਤੇ ਵੀ ਇਹਦੇ ਨਾਲ ਵਾਲ ساری ਉਮਰ ਕਾਲੇ ਰਹਿਣਗੇ ਇਹੋ ਜਿਹਾ ਦੁਨੀਆ ਦੇ ਵਿੱਚ ਕੋਈ ਵੀ ਫਾਰਮੂਲਾ ਹੈ ਨਹੀਂਗਾ ਦੋਸਤੋ ਲੋਕਾਂ ਨੂੰ ਬੇਵਕੂਫ ਬਣਾਉਣ ਦੀਆਂ ਕੋਸ਼ਿਸ਼ਾਂ ਵੀਡੀਓ ਵਿਊ ਲੈਣ ਵਾਸਤੇ ਬਣਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਜਾਰੀ ਹੈ ਲੋਕਾਂ ਦੀਆਂ ਇਸ ਤਰ੍ਹਾਂ ਦਾ ਕੋਈ ਫਾਰਮੂਲਾ ਨਹੀਂਗਾ ਜੇ ਤੁਸੀਂ ਆਪਦੇ ਸਿਰ ਦੇ ਵਾਲਾਂ ਨੂੰ ਸਹੀ ਰੱਖਣਾ ਹੈ ਨਾ ਤੰਦਰੁਸਤ ਰੱਖਣਾ ਹੈ ਵਾਲ ਉਮਰ ਦੇ ਨਾਲ ਚਟੇ ਹੋਣੇ ਹੋਣੇ ਨੇਚਰਲ ਕੁਦਰਤੀ ਤਰੀਕਾ ਹੈ ਨੀਗਾ ਠੀਕ ਆ ਤੁਸੀਂ ਮਹਿੰਦੀ ਲਾ ਲਉਗੇ ਉਹਨਾਂ ਦੇ ਉੱਤੇ ਕੋਈ ਤੇਲ ਉਹ ਲਾ ਲਉਗੇ ਜਿਹਦੇ ਨਾਲ ਵਾਲ ਝੜਨ ਘੱਟ ਪਰ ਇਹੋ ਜਿਹਾ ਫਾਰਮੂਲਾ ਹੈ ਨੀਗਾ ਜਿਹਦੇ ਨਾਲ ਤੁਸੀਂ ਵਾਲਾਂ ਨੂੰ ਪੱਕੇ ਤੌਰ ਤੇ ਹਮੇਸ਼ਾ ਦੇ ਲਈ ਕਾਲੇ ਰੱਖ ਸਕੋ ਇਹੋ ਜਿਹਾ ਕੋਈ ਫਾਰਮੂਲਾ ਨਹੀਂਗਾ ਸੋ ਵੀਡੀਓ ਨੂੰ ਕਰਿਓ ਸ਼ੇਅਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਮੈਂ ਤੁਹਾਨੂੰ ਉਹਦੇ ਬਾਰੇ ਹੋਰ ਆਪਾਂ ਗੱਲਬਾਤ ਕਰਾਂਗੇ ਕਿਵੇਂ ਤੁਸੀਂ ਆਪਦੇ ਵਾਲਾਂ ਨੂੰ ਨੇਚਰਲੀ ਕੀ ਰੀਜ਼ਨ ਹੁੰਦੇ ਆ ਕਿਵੇਂ ਸਾਡੇ ਵਾਲ ਚਲਦੀ ਛੋੜੀ ਉਮਰ ਦੇ ਵਿੱਚ ਚਿੱਟੇ ਹੋ ਜਾਂਦੇ ਆ ਸਭ ਤੋਂ ਵੱਡਾ ਰੀਜ਼ਨ ਹੈਗਾ ਪਾਣੀ ਉਸ ਤੋਂ ਬਾਅਦ ਮੰਨ ਲਓ ਪਾਣੀ ਕਿਸੇ ਦਾ ਮਾੜਾ ਏਰੀਏ ਦਾ ਉਹਦੇ ਕਰਕੇ ਹੋ ਸਕਦੇ ਆ ਔਰ ਕੱਲਾ ਪਾਣੀ ਨਹੀਂ ਸਾਡੇ ਸਿਰ ਦੇ ਵਿੱਚ ਖੁਸ਼ਕੀ ਹੋਣਾ ਖੁਸ਼ਕ ਖੁਸ਼ਕ ਜਿਹੜੀ ਸਕਿਨ ਹੋਊਗੀ ਤਾਂ ਉਹਦੇ ਕਰਕੇ ਵਾਲ ਚਿੱਟੇ ਹੋਣਗੇ ਜਲਦੀ ਛੋਟੀ ਉਮਰ ਦੇ ਵਿੱਚ ਉਸ ਤੋਂ ਬਾਅਦ ਸਾਡੀ ਡਾਈਟ ਜੇ ਤੁਹਾਡੀ ਡਾਈਟ ਵਧੀਆ ਨਹੀਂ ਤੁਹਾਡੀ ਡਾਈਟ ਦੇ ਵਿੱਚ ਪ੍ਰੋਟੀਨ ਹੈ ਨਹੀਂਗਾ ਉਹਦੇ ਕਰਕੇ ਤੁਹਾਡੇ ਵਾਲ ਛੋਟੀ ਉਮਰ ਚ ਚਿੱਟੇ ਹੋਣਗੇ ਉਸ ਤੋਂ ਬਾਅਦ ਹੈਗਾ ਐਸਿਡ ਐਸਿਡ ਬੰਨਾ ਸਭ ਤੋਂ ਵੱਡਾ ਇੱਕ ਹੋਰ ਰੀਜ਼ਨ ਇਹ ਹੈ ਜਿੰਨਾ ਲੋਕਾਂ ਨੂੰ ਐਸਿਡਿਕ ਹੁੰਦਾ ਐਸਿਡਿਕ ਪ੍ਰੋਬਲਮ ਹੁੰਦੀ ਆ ਉਹਨਾਂ ਦੇ ਵਾਲ ਛੂਟੀ ਉਮਰ ਦੇ ਵਿੱਚ ਜਾਂ ਉਮਰ ਢਲਣ ਤੋਂ ਪਹਿਲਾਂ ਪਹਿਲਾਂ ਚਿੱਟੇ ਹੋ ਜਾਂਦੇ ਔਰ ਵਾਲ ਝੜਨ ਦੇ ਇਹ ਵੀ ਰੀਜ਼ਨ ਹੈਗਾ ਔਰ ਇੱਕ ਸਭ ਤੋਂ ਵੱਡਾ ਹੋਰ ਰੀਜ਼ਨ ਵੀ ਹੈਗਾ ਉਹ ਹੈਗਾ ਟੈਨਸ਼ਨ ਲੈਣਾ ਬੰਦਾ ਜਿਹੜਾ ਬਹੁਤ ਜ਼ਿਆਦਾ ਟੈਨਸ਼ਨ ਲੈਂਦਾ ਨਾ ਕਿਸੇ ਕੰਮ ਦੀ ਕਿਸੇ ਪੈਸੇ ਦੀ ਇਸ ਤਰ੍ਹਾਂ ਦੀ ਟੈਨਸ਼ਨ ਲਿੰਦਾ ਤਾਂ ਉਹਦੇ ਨਾਲ ਬਹੁਤ ਜਲਦੀ ਜਿਹੜੇ ਵਾਲ ਹੈ ਚਿੱਟੇ ਹੋ ਜਾਂਦੇ ਸੌਰੀ ਚਿੱਟੇ ਨਹੀਂ ਹੁੰਦੇਗੇ ਝੜ ਜਾਂਦੇ ਆ ਠੀਕ ਹੈ ਝੜਨ ਦਾ ਰੀਜ਼ਨ ਇੱਕ ਇਹ ਵੀ ਹੁੰਦਾ ਸੋ ਵਾਲ ਕਾਲੇ ਪਰਮਾਨੈਂਟ ਵਾਲ ਕਾਲੇ ਕਰਨ ਦਾ ਕੋਈ ਤਰੀਕਾ ਨਹੀਂ ਹੈ ਤੁਸੀਂ ਜਿਹੜੇ ਵਾਲ ਕਾਲੇ ਸਿਰ ਤੇ ਹੈਗੇ ਉਹਨਾਂ ਨੂੰ ਸੰਭਾਲ ਕੇ ਰੱਖ ਸਕਦੇ ਆ ਅ ਨੈਚੁਰਲ ਤਰੀਕੇ ਦੇ ਨਾਲ ਕੋਈ ਐਕਸਟਰਾ ਆਰਡੀਨਰੀ ਸ਼ੈਂਪੂ ਨਾ ਟਰਾਈ ਕਰੋ ਨਾਰਮਲ ਸ਼ੈਂਪੂ ਵਾਲਾਂ ਤੇ ਯੂਜ਼ ਕਰੋ ਡਾਈਟ ਦਾ ਧਿਆਨ ਰੱਖੋ ਸੀਰ ਸ਼ਾਸਨ ਕਰੋ ਸੀਰ ਸ਼ਾਸਨ ਇੱਕ ਬਹੁਤ ਵਧੀਆ ਅਸਨ ਹੈ ਤੁਹਾਡੇ ਬਲੱਡ ਨੂੰ ਸਰਕੂਲੇਟ ਕਰਨ ਵਾਸਤੇ ਵਾਲਾਂ ਦੇ ਵਿੱਚ ਸਿਰ ਦੇ ਵਿੱਚ ਜਿਹਨਾਂ ਵਾਲ ਸਿਰ ਦੇ ਕਾਲੇ ਰਹਿੰਦੇ ਆ ਠੀਕ ਆ ਅਸੀਂ ਡਾਈਆਂ ਲਾ ਲਾਂਗੇ ਮਹਿੰਦੀ ਲਾ ਲਾਂਗੇ ਟੈਂਪਰੇਰੀ ਹੱਲ ਹੈਗੇ ਆ ਪਰਮਨੈਂਟ ਕੋਈ ਹੱਲ ਨਹੀਂ ਕਿ ਵਾਲਾਂ ਨੂੰ ਕਾਲੇ ਰੱਖਣ ਦਾ ਤੇ ਸਭ ਤੋਂ ਜ਼ਰੂਰੀ ਹੈ ਵਰਕਆਊਟ ਸਿਰ ਨੂੰ ਪਸੀਨਾ ਆਊਗਾ ਰੋਮ ਖੁੱਲਣਗੇ ਠੀਕ ਹੈ ਤਾਂ ਉਹਦੇ ਨਾਲ ਜਿਹੜਾ ਬਲੱਡ ਵੀ ਸਰਕੂਲੇਟ ਹੋਊਗਾ ਨਿਊਟ੍ਰੀਸ਼ਨ ਜਿਹੜੀ ਡਾਈਟ ਜਿਹੜੀ ਹੈਗੀ ਅਸੀਂ ਖਾਂਦੇ ਆ ਸਰ ਨੂੰ ਮਿਲਦੀ ਰਹੂਗੀ ਸਾਡੇ ਬਾਲਾਂ ਨੂੰ ਮਿਲਦੀ ਰਹੂਗੀ ਸੋ ਵੀਡੀਓ ਨੂੰ ਕਰਿਓ ਸ਼ੇਅਰ ਐਸੀ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਥੈਂਕ ਯੂ